लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। ਅਜ ਮਹੱਲਾ ਪੰਜਵਾ ਤਨ ਰੱਤਾ ਰਾਮ ਪਿਆਰੇ ਰਸ ਦੀ ਜੈ ਆਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਏ ਸਿਰ ਨ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗਤ ਜੈ ਸਾਗਰ ਕੱਟੀਐ ਜਮਕੀ ਪਾਸਾ ਜੀਓ ਯਾਰ ਪਦਾਰਥ ਹਰ ਕੀ ਸੇਵਾ ਹਰ ਜਾਤ ਜਪ ਲੱਖ ਅਪੇਵਾ ਨਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਗੁਰ ਨ ਹੋਈ ਆਸਾ ਜੀਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲ ਸਾਰੰਗ ਪਾਣੀ ਨਾਨਕ ਨਾਮ ਬਸਿਆ ਜਿਸ ਅੰਤਰ ਵਾਣ ਗ੍ਰਸਤ ਉਦਾਸਾ ਜੀਓ ਮਾਝ ਮਹੱਲਾ ਪੰਜਵਾਂ ਮਨ ਤਨ ਰੱਤਾ ਰਾਮ ਪਿਆਰੇ ਸਰਬਸ ਦੀ ਜੈ ਆਪਣਾ ਵਾਰੇ ਮਨ ਤੇ ਤਨ ਉਸ ਪਿਆਰੇ ਨਾਲ ਮਰਕ ਨੇ ਜੁੜ ਗਿਆ ਰੱਤਾ ਭਿੱਜ ਗਿਆ ਆਪਣਾ ਸਾਰਾ ਕੁਝ ਮੈਂ ਉਥੋਂ ਵਾਰਦਿਆਂ ਜੇ ਕਿਤੇ ਉਹ ਇੱਕ ਮਿਹਰ ਦੀ ਨਜ਼ਰ ਨਾਲ ਵੇਖ ਲਏ ਆਠ ਪੈਰ ਗੋਬਿੰਦ ਗੁਣ ਗਾਈ ਗੋਬਿੰਦ ਗੁਣ ਗਾਈਐ ਮਿਸਰ ਨਾ ਕੋਈ ਸਾਸਾ ਜੀਓ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ ਉਸ ਅਵਸਥਾ ਦੀ ਮਹਾਰਾਜ ਇੱਥੇ ਗੱਲ ਕਰਦੇ ਨੇ ਕਿ ਅੱਠੇ ਪੈਰ ਜਦੋਂ ਵੀ ਤੈਨੂੰ ਸਮਾਂ ਮਿਲਦਾ ਹੈ ਇਹ ਨਾ ਕਹਿ ਕਿ ਮੈਂ ਆਹ ਕੰਮ ਇੰਨੇ ਵਜੇ ਕਰਨਾ ਨਹੀਂ ਕਹਿੰਦੇ ਜਦੋਂ ਵੀ ਸਮਾਂ ਮਿਲਦਾ ਹੈ ਇਹਦਾ ਕੋਈ ਸਮਾਂ ਨਹੀਂ ਸਿਮਰਨਾ ਕਰੋ ਸਮਾਰਕ ਨਾ ਜਦੋਂ ਤੈਨੂੰ ਭੁੱਖ ਲੱਗਦੀ ਰੋਟੀ ਉਦੋਂ ਪਾਣੀ ਚਾਹੀਦੀ ਸਿਆਣੇ ਕਹਿੰਦੇ ਇਹ ਗੱਲ ਨੂੰ ਫਿਰ ਉਹਨੂੰ ਨਾਮ ਦੀ ਭੁੱਖ ਲੱਗੀ ਜਦੋਂ ਉਹਨੂੰ ਸਿਮਰਨ ਦੀ ਗੱਲ ਹੁੰਦੀ ਉਸੇ ਵੇਲੇ ਤੁਰ ਪੈ ਇਹ ਚੰਗੇ ਕੰਮ ਕਰਨ ਲੱਗਿਆ ਕਦੇ ਵੀ ਸੋਚਣਾ ਨਹੀਂ ਚਾਹੀਦਾ ਤੇ ਜਦੋਂ ਮਾੜਾ ਕਰੋਨਾ ਆ ਜਾਏ ਕਦੇ ਸੋਚ ਲੈਣਾ ਚਾਹੀਦਾ ਇਹ ਸਿਆਣੇ ਵਿਦਵਾਨ ਲੋਕ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਅੱਠੇ ਪੈਰ ਆਠ ਪੈਰ ਗੋਬਿੰਦ ਗੁਣ ਗਾਈ ਹੈ ਕਹਿੰਦੇ ਅੱਠੇ ਪੈਰ ਗੁਣੇ ਕਰ ਵਿਸਰਨਾ ਕੋਈ ਸਾਸਾ ਤੇਰਾ ਕੋਈ ਸਵਾਸ ਬਿਰਥਾ ਨਾ ਚਲਾ ਜਾਏ
ਇਹ ਨਾ ਹੋਏ ਕਿ ਤੇਰਾ ਸਵਾਸ ਵਿਅਰਥ ਹੋ ਜਾਏ, ਕਿਉਂਕਿ ਸਵਾਸ ਜਿਹੜਾ ਇੱਕ ਵਾਰ ਚਲਾ ਗਿਆ, ਸਮਾਂ ਜੋ ਲੰਘ ਗਿਆ, ਉਹ ਵਾਪਸ ਨਹੀਂ ਆਉਂਦਾ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਸੱਜਣ ਹੈ, ਉਹੀ ਸਾਡਾ ਪਿਆਰਾ ਹੈ। ਰਾਮ ਨਾਮ, ਪਰਮਾਤਮਾ ਦੇ ਨਾਮ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਵਿਚਾਰ ਕੀਤੀ ਅਸੀਂ ਉਹਦੀ, ਉਹਨਾਂ ਗੁਰਮੁਖ ਪਿਆਰੇ ਨੇ ਜਿਹੜੇ ਸਾਡੇ, ਉਹ ਸਾਡੇ ਸਹੀ ਮਨ ਵਿੱਚ ਅਸਲੀ ਮਿੱਤਰ ਨੇ, ਉਹ ਸਾਡੇ ਸੱਜਣ ਨੇ, ਉਹ ਸਾਡੇ ਮੀਤ ਨੇ, ਉਹ ਸਾਡੇ ਪਿਆਰੇ ਨੇ। ਸਾਧੂ ਸੰਗਤ ਦੀ ਜੈ ਸਾਗਰ, ਇਸ ਕਰਕੇ ਪਾਤਸ਼ਾਹ ਨੇ ਗੁਰੂ ਦਾ ਸੰਗ ਕਰ, ਇਹ ਸੰਸਾਰ ਸਾਗਰ ਤਰ ਜਾਏਗਾ। ਕਟੀਆ ਜਮ ਕੀ ਪਾਸਾ ਜੀਓ, ਇਹ ਤਰੀਕਾ ਹੈ ਕਿ ਸਾਧ ਸੰਗਤ ਵਿੱਚ ਆ ਕੇ ਇਹ ਜਮ ਦੀ ਫਾਈ ਕੱਟੀ ਜਾ ਸਕਦੀ ਹੈ। ਮੋਹ ਮਾਇਆ ਦੀ ਫਾਈ ਖੜੇ ਖੜੇ ਚ ਪਈ ਹੋਈ ਹੈ, ਇਹ ਡਰ ਮੌਤ ਦਾ, ਇਹ ਵੀ ਲੈ ਜਾਂਦਾ ਹੈ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਲਖ ਭੇਵਾ। ਦੁਨੀਆਂ ਦੇ ਚਾਰ ਪਦਾਰਥ ਮੰਨੇ ਗਏ ਨੇ, ਧਰਮ ਅਰਥ ਕਾਮ ਮੋਸ਼। ਧਰਮ ਅਰਥ ਪੈਸਾ, ਕਾਮ ਕਾਮਨਾਵਾਂ ਮੁਕਤੀ, ਮੋਸ਼ ਸਭ ਤੋਂ ਉੱਤਮ ਮੋਕਸ਼ ਮੰਨੀ ਗਈ ਹੈ। ਤੇ ਮੁਕਤ ਬੱਪਰੀ ਵੀ ਗਿਆਨੀਆ ਤਿਆਗੀ, ਕਹਿੰਦੇ ਇਹ ਚੀਜ਼ਾਂ ਤੇ ਤੈਨੂੰ ਜਦੋਂ ਹਰੀ ਦੀ ਸੇਵਾ ਜੁੜੇਗਾ, ਸਿਮਰਨ ਵਿੱਚ ਜੁੜੇਗਾ, ਇਹ ਚਾਰੇ ਪਦਾਰਥ ਤੈਨੂੰ ਸਹਿਜੀ ਮਿਲਾਪ ਹੋ ਜਾਣਗੇ। ਪਾਰ ਜਾਤ ਜਪ ਲਖ ਭੇਵਾ, ਕਹਿੰਦੇ ਕਿ ਜਦੋਂ ਦੇਵਤਿਆਂ ਤੇ ਦੈਂਤਾਂ ਨੇ ਇਹ ਸਮੁੰਦਰ ਰਿੜਕਿਆ, ਇਹ ਗਾਥ ਹੈ ਪ੍ਰਾਤਨ, ਉਧਰ ਨੂੰ ਮਹਾਰਾਜ ਇਸ਼ਾਰਾ ਕਰਦੇ ਨੇ ਕਿ ਉਹਦੇ ਵਿੱਚੋਂ ਇੱਕ ਪਾਰ ਜਾਤ ਰੁੱਖ ਨਿਕਲਿਆ। ਉਹ ਰੁੱਖ ਦੇ ਥੱਲੇ ਬਹਿ ਕੇ ਕੋਈ ਜੋ ਵੀ ਕਾਮਨਾ ਕਰ ਲੈਂਦਾ ਸੀ ਤੇ ਉਹਦੀ ਪੂਰੀ ਹੋ ਜਾਂਦੀ ਸੀ। ਉਹ ਇੰਦਰ ਆਪਣੇ ਬਾਗ ਵਿੱਚ ਲੈ ਗਿਆ ਤੇ ਉਹ ਦੇਵਤਿਆਂ ਨਾਲ ਜਦੋਂ ਯੁੱਧ ਹੋਇਆ, ਕ੍ਰਿਸ਼ਨ ਮਹਾਰਾਜ ਉਹਦੇ ਬਾਗ ਕਹਿੰਦੇ ਆ। ਸੋ ਰੌਲਾ ਇਹ ਹੈ ਕਿ ਉਹਨਾਂ ਉਧਰ ਨੂੰ ਜਾਣ ਦੀ ਗੱਲ ਨਹੀਂ ਕਰਦੇ ਪਏ ਮਹਾਰਾਜ ਸਾਨੂੰ, ਕਹਿੰਦੇ ਜਿਸ ਪਾਰ ਜਾਤ ਦੀ ਖਾਤਰ ਦੇਵਤੇ ਲੜਦੇ ਰਹੇ, ਉਹ ਪਾਰ ਜਾਤ ਕੀ ਹੈ? ਜਪ ਅਲਖ ਅਭੇਵਾ, ਪਰਮਾਤਮਾ ਦਾ ਨਾਮ ਜਿਹੜਾ ਕਿ ਅਲਖ ਹੈ, ਲਖਿਆ ਨਹੀਂ ਜਾ ਸਕਦਾ, ਅਭੇਵ ਜੀ ਦਾ ਭੇਟ ਨਹੀਂ ਪਾਇਆ ਜਾ ਸਕਦਾ, ਉਸ ਪਰਮਾਤਮਾ ਨੂੰ ਜਪ, ਇਹ ਪਾਰ ਜਾਤ ਹੀ ਹੈ ਤੇਰੇ। ਜਦੋਂ ਜਪੇਗਾ ਤੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਕਾਮ ਕ੍ਰੋਧ ਕਿਲਬਿਕ ਗੁਰ ਕਾਟੇ, ਹਾਂ ਗੁਰੂ ਦੁਆਰਾ ਗੁਰੂ ਨੇ ਬਖਸ਼ਿਸ਼ ਕੀਤੀ ਇਹ ਕਾਮ ਕ੍ਰੋਧ, ਕਿਉਂਕਿ ਦੋ ਜਿਹੜੇ ਨੇ ਇਹ ਸਾਡੇ ਸਰੀਰ ਨੂੰ ਵਲਦੇ ਨੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਾਲਦਾ। ਇਹ ਕਾਮ ਕ੍ਰੋਧ ਕਿਲਬਿਕ ਪਾਪ ਅੰਦਰਲੇ, ਜੋ ਅਸੀਂ ਸੋਚਦੇ ਹਾਂ, ਚਿਤਵਦੇ ਹਾਂ ਭੈੜੀਏ, ਕਹਿੰਦੇ ਇਹ ਗੁਰੂ ਨੇ ਕੱਟ ਦਿੱਤੇ। ਪੂਰਨ ਹੋਈ ਆਸਾ ਜੀਓ, ਕਹਿੰਦੇ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਬੰਦੇ ਅੰਦਰੋਂ ਕਾਮ ਤੇ ਕ੍ਰੋਧ ਨਿਕਲ ਜਾਏ, ਕਾਬੂ ਵਿੱਚ ਆ ਜਾਏ। ਤੇ ਪਾਤਸ਼ਾਹ ਕਹਿੰਦੇ ਜਦੋਂ ਉਹਦੇ ਕਿਲਬਿਕ ਉਹਦੇ ਫੁਰਨੇ ਖਤਮ ਹੋ ਗਏ ਤੇ ਇੱਛਾਵਾਂ ਆਪਣੇ ਆਪ ਹੀ ਪੂਰੀਆਂ ਹੋ ਗਈਆਂ, ਕਿਉਂਕਿ ਇੱਛਾਵਾਂ ਫੁਰਨੇ ਨਾਲ ਹੀ ਹੁੰਦੀਆਂ। ਤੇ ਗੁਰੂ ਨੇ ਇਹ ਕੱਢ ਦਿੱਤੀ ਫਾਸੀ। ਪੂਰਨ ਭਾਗ ਪਏ ਜਿਸ ਪ੍ਰਾਣੀ ਹੀ, ਜਿਹਦੇ ਭਾਗ ਜਿਹਦੇ ਕਰਮ ਪੂਰੇ ਹੋ ਗਏ, ਮਨ ਬਚਨ ਤੇ ਕਰਮ ਕਰਕੇ ਜਿਸ ਪ੍ਰਾਣੀ ਦੇ ਭਾਗ ਪੂਰੇ, ਸਾਧ ਸੰਗ ਮਿਲੇ ਸਾਰੰਗ ਪਾਣੀ। ਤੇ ਪੰਚਮ ਪਾਤਸ਼ਾਹ ਨੇ ਸਾਧ ਸੰਗਤ ਦੁਆਰਾ ਉਹ ਸਾਰੰਗ ਪਾਣ ਨੂੰ, ਜਿਹਨੇ ਇਸ ਧਰਤੀ ਨੂੰ ਆਪਣੇ ਹੱਥਾਂ ਵਿੱਚ ਲਿਆ ਹੋਇਆ, ਭਾਵ ਪਰਮਾਤਮਾ, ਉਹ ਵਾਹਿਗੁਰੂ ਅਕਾਲ ਪੁਰਖ ਨੂੰ
ਆਣ ਮਿਲੇ। ਨਾਨਕ ਨਾਮ ਵਸਿਆ ਜਿਸ ਅੰਤਰ, ਜਦੋਂ ਅਖੀਰੀ ਲੈਣ ਆਪਾਂ ਪੜ੍ਹਦੇ ਹਾਂ ਤੇ ਅੱਗੇ ਆਉਂਦਾ ਨਾਨਕ ਸ਼ਬਦ, ਤਾਂ ਉਹਦੇ ਤੇ ਅਰਧ ਵਿਸ਼ਰਾਮ ਕਰਦਾ ਹੈ। ਨਾਨਕ ਨਾਮ ਵਸਿਆ ਜਿਸ ਅੰਤਰ, ਪੰਜਵੇਂ ਨਾਨਕ ਪਾਤਸ਼ਾਹ ਕਹਿੰਦੇ ਹੇ ਭਾਈ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਪ੍ਰਵਾਨ ਗ੍ਰਿਸ਼ਤ ਉਦਾਸਾ ਜੀਓ, ਉਹ ਭਾਵੇਂ ਗ੍ਰਿਸ਼ਤੀ ਹੈ ਤੇ ਭਾਵੇਂ ਉਦਾਸੀ, ਉਹਦੇ ਦਰ ਦੇ ਉੱਤੇ ਪ੍ਰਵਾਨ ਹੈ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ। ਹਾਂਜੀ, ਮਾਜ ਮਹੱਲਾ ਪੰਜਵਾ, ਮਾਜ ਮਹੱਲਾ ਪੰਜਵਾ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਹਰ ਕਿਰਪਾ ਭਗਤੀ ਪ੍ਰਗਟਾਇਆ, ਹਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਸੰਤ ਸੰਗ ਮਿਲ ਹਰ ਹਰ ਜਪਿਆ, ਹਿੰਸੇ ਆਲਸ ਰੋਗਾ ਜੀਓ, ਹਿੰਸੇ ਆਲਸ ਰੋਗਾ ਜੀਓ, ਜਾਕੇ ਗ੍ਰਹਿ ਨਾਮ ਨਿਧ ਹਰ ਭਾਈ, ਜਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਰਵ ਸਭ ਨਾ ਗੱਲਾਂ ਜੋਗਾ ਜੀਓ, ਮੈਂ ਥਾਪ ਥਾਪਣ ਹਾਰਾ, ਆਪ ਅਕੰਤੀ ਆਪ ਪਸਾਰਾ, ਦੇਵ ਨਹੀਂ ਜਨ ਜੀਵਨ ਦਾਤੇ, ਦਰਸ਼ਨ ਡਿੱਠੇ ਲੈਣ ਬਜੋਗਾ ਜੀਓ, ਅੰਚਲ ਲਾਏ ਸਭ ਸ੍ਰਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰ ਮੋਹਿਤ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਓ, ਮਾਜ ਮਹੱਲਾ ਪੰਜਵਾਂ। ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਨਾਮ ਜਿਨ੍ਹਾਂ ਨੇ ਜਪਿਆ ਪਾਤਸ਼ਾਹ ਨੇ ਉਹਨਾਂ ਦੇ ਹਿਰਦੇ ਵਿੱਚ ਸੁਖ ਪ੍ਰਾਪਤ ਹੋਇਆ। ਕਰ ਕਿਰਪਾ ਆਪਣੀ ਕਿਰਪਾ ਕੀਤੀ, ਭਗਤੀ ਪ੍ਰਗਟਾਇਆ, ਉਹ ਨਾਮ ਭਗਤਾਂ ਵਿੱਚੋਂ ਪ੍ਰਗਟ ਹੋਇਆ। ਬਹੁ ਵਚਨ ਹੈ ਭਗਤੀ, ਉਹਨਾਂ ਭਗਤਾਂ ਵਿੱਚੋਂ ਪ੍ਰਤੱਖ ਤੌਰ ਤੇ ਤੇਰੇ ਗੁਣ ਨਜ਼ਰ ਆਉਂਦੇ ਨੇ, ਤੇਰੇ ਉਹ ਪ੍ਰਗਟ ਹੋ ਕੇ ਸਾਹਮਣੇ ਆਇਆ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਕਹਿੰਦੇ ਸਾਧ ਸੰਗ ਵਿੱਚ ਆ ਕੇ ਜਦੋਂ ਉਸ ਪ੍ਰਭੂ ਨੂੰ ਮਿਲ ਕੇ ਬੈਠ ਕੇ ਵਾਰ ਵਾਰ ਜਪਿਆ, ਇਹ ਕੀ ਹੋਇਆ, ਬਿਨਸੇ ਆਲਸ ਰੋਗਾ ਜੀਓ। ਆਲਸ ਦਰਿਦਰਤਾ ਵੀ ਕੱਲ ਤੋਂ ਸ਼ੁਰੂ ਕਰ ਲਾਂਗੇ ਜੀ। ਕੋਈ ਵੀ ਕੰਮ ਹੈ ਸਾਨੂੰ ਪਤਾ ਹੁੰਦਾ, ਐਸੀ ਗੱਲ ਨਹੀਂ ਕਿ ਨਹੀਂ, ਸਾਨੂੰ ਆਪਣੇ ਔਗਣਾਂ ਬਾਰੇ ਵੀ ਪਤਾ ਹੈ। ਅਸੀਂ ਕਬੂਤਰ ਵਾਂਗੂ ਨਾ ਅੱਖਾਂ ਬੰਦ ਕਰ ਲੈਂਦੇ ਹਾਂ, ਆਲਸ ਕਰਦੇ ਹਾਂ। ਇਹ ਸਾਰੇ ਜਾਣਦੇ ਨੇ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਾਣਦੇ ਹਾਂ ਅਸੀਂ, ਪਰ ਅੰਮ੍ਰਿਤ ਵੇਲਾ ਸੰਭਾਲਣ ਵੱਲੋਂ ਆਲਸ ਕਰਦੇ ਹਾਂ। ਟਾਈਮ ਪੀਸ ਵੀ ਲਾਉਂਦੇ ਹਾਂ ਸਵੇਰੇ,
ਸਾਰੇ ਕਰਦੇ ਹਾਂ ਆਪਾਂ, ਕਿਉਂਕਿ ਥੱਕੇ ਹੋਣ ਕਰਕੇ ਕਈ ਵਾਰੀ ਉਹਨੂੰ ਵੀ ਬੰਦ ਕਰਕੇ ਫਿਰ ਰਜਾਈ ਲੈ ਕੇ ਫਿਰ ਸੌ ਜਾਂਦੇ। ਕੋਈ ਕੰਮ ਉਦਮ ਕਰਨ ਲੱਗੇ ਹਾਂ, ਨਾਮ ਵਾਲੀ ਗੱਲ, ਸਿਮਰਨ ਵਾਲੀ ਗੱਲ, ਸੱਚ ਵਾਲੀ ਗੱਲ, ਸੱਚ ਕਹਿਣ ਦੀ ਗੱਲ, ਉੱਥੇ ਬੰਦਾ ਫਿਰ ਆਲਸ ਕਰਦਾ। ਇਹ ਆਲਸ ਇੱਕ ਰੋਗ ਹੈ, ਆਲਸ ਚੋਂ ਬਹੁਤ ਸਾਰੇ ਰੋਗ ਪੈਦਾ ਹੋ ਜਾਂਦੇ ਨੇ, ਕਿਉਂਕਿ ਜਿਹੜਾ ਬੰਦਾ ਆਲਸੀ ਹੈ ਨਾ, ਉਹ ਬਹੁਤ ਸਾਰਾ ਪਿੱਛੇ ਰਹਿ ਜਾਂਦਾ, ਬਹੁਤ ਪਿੱਛੇ ਰਹਿ ਜਾਂਦਾ, ਚਾਹੇ ਉਹ ਪੜ੍ਹ ਰਹੇ ਹੈ, ਚਾਹੇ ਉਹ ਖੇਡ ਰਹੇ ਹੈ, ਚਾਹੇ ਉਹ ਕੋਈ ਕੰਮ ਕਰ ਰਹੇ ਹੈ, ਕੋਈ ਵੀ ਕੰਮ ਚ ਆਲਸ ਜਿਹੜਾ ਹੈ। ਤੇ ਮਹਾਰਾਜ ਨੇ ਸਭ ਤੋਂ ਪਹਿਲਾਂ ਸਾਡਾ ਆਲਸ ਕੱਢਿਆ, ਕਹਿੰਦੇ ਆਲਸ ਵਾਲੇ ਰੋਗ ਖਤਮ ਹੋ ਗਏ। ਜੋ ਸੰਗਤ ਵਿੱਚ ਆਏ ਆਪਾਂ ਇੱਥੇ ਆਉਣ ਲੱਗੇ ਆਪਾਂ ਆਲਸ ਕਰ ਜਾਂਦੇ, ਚੱਲ ਕੱਲ ਨੂੰ ਚੱਲਾਂਗੇ, ਦੇਖੀ ਜਾਓ ਕਰਦਾ ਨਾ ਮਨ, ਕਦੇ ਕਦੇ ਪਛਾਣ ਖਿੱਚ ਲੈਂਦਾ ਵੀ ਚੱਲ ਕੱਲ ਤੋਂ ਸਹੀ ਹੋ ਜਾਂਦੀ ਹੈ ਸਾਡੀ ਗੱਲ। ਪਰ ਫਿਰ ਵੀ ਜਦੋਂ ਸੰਗਤ ਵਿੱਚੋਂ, ਬਾਣੀ ਵਿੱਚੋਂ, ਨਾਮ ਵਿੱਚੋਂ ਇਸ ਮਨ ਨੂੰ ਦਾ ਰਸ ਆਉਣ ਲੱਗ ਪਿਆ, ਫਿਰ ਇਹ ਆਲਸ ਨਹੀਂ ਕਰਦਾ, ਫਿਰ ਉਧਰ ਨੂੰ ਜਾਏਗਾ ਜਾਏਗਾ। ਜਾਂ ਕਹਿ ਗ੍ਰਹਿ ਨਾਮ ਨਿਧਰ ਭਾਈ, ਇਹ ਭਾਈ ਜੀ ਦੇ ਘਰ ਵਿੱਚ ਨੌ ਨਿਧੀਆਂ 18 ਸਿੱਧੀਆਂ ਹੈਗੀਆਂ ਨੇ, ਜਿਸ ਮਿਲਿਆ ਜਿਸ ਪੁਰਬ ਕਮਾਈ ਗਏ ਉਹਨਾਂ ਨੂੰ ਮਿਲਿਆ ਗੁਰੂ, ਜਿਹਦੀ ਪਹਿਲੋਂ ਕਮਾਈ ਕੀਤੀ ਜਿਹਨੇ ਪੁਰਬ, ਪਹਿਲਾਂ ਪਿਛਲੀ ਜੋ ਸਾਡੀ ਕਮਾਈ ਹੈ, ਕਿਉਂਕਿ ਵੀ ਅਕਾਊਂਟ ਹੁੰਦੀ ਨਾਲ ਸਾਡੇ। ਗਿਆਨ ਧਿਆਨ ਪੂਰਨ ਪਰਮੇਸ਼ਰ ਰੱਬ ਸਭਨਾ ਗੱਲਾਂ ਜੋਗਾ ਜੀਓ, ਇਹ ਗਿਆਨ ਦੀ ਗੱਲ, ਇਹ ਧਿਆਨ ਦੀ ਗੱਲ, ਉਹ ਪੂਰਨ ਹੈ, ਪਰਮੇਸ਼ਰ ਹੈ ਵਾਹਿਗੁਰੂ ਕਾਲ ਪੁਰਖ ਪਾਤਸ਼ਾਹ ਨੇ ਪ੍ਰਭੂ ਸਭਾ ਗੱਲਾਂ ਸਮਰੱਥ ਹੈ। ਉਹ ਜਦੋਂ ਆਪ ਕਿਰਪਾ ਕਰਦਾ ਇਹ ਗਿਆਨ ਦੀ ਗੱਲ, ਇਹ ਧਿਆਨ ਦੀ ਗੱਲ, ਸਾਨੂੰ ਆਪਣੇ ਆਖੜਾ ਧਿਆਨ ਵੀ ਆਪਣੇ ਆਪ ਲੱਗਦਾ, ਨਹੀਂ ਤੇ ਅਸੀਂ ਸਵਾਲ ਹੀ ਖੜੇ ਕਰਦੇ ਰਹਿੰਦੇ ਹਾਂ ਕਿ ਧਿਆਨ ਕਿਹਦਾ ਧਰੀਏ ਜੀ। ਤੇ ਉਂਝ ਅਸੀਂ ਰੋਜ਼ ਬਾਣੀ ਪੜ੍ਹਦੇ ਵੀ ਹਾਂ, ਧਿਆਨ ਧਰੋ ਤੈ ਕੋ ਜਗ ਮੈਂ, ਜੈ ਕੋ ਅਮਤੋਜ ਸਦਾ ਜਗ ਛਾਇਓ, ਦਸਮ ਪਾਤਸ਼ਾਹ ਦੇ ਸਵਈਏ ਪੜ੍ਹਦੇ ਹਾਂ ਉਂਝ ਅਸੀਂ ਰੋਜ਼। ਫਿਰ ਵੀ ਪੁੱਛੀ ਜਾਂਦੇ ਨਾਮ ਕਿਹਦਾ ਜਪੀਏ ਜੀ, ਹੁਣ ਤੱਕ ਨਾਮ ਦੀ ਗੱਲ ਹੁੰਦੀ ਆ ਰਹੀ ਸਾਰੀ, ਪਰ ਸਾਡੇ ਕੋਲ ਸਵਾਲ ਨੇ, ਕਿਉਂਕਿ ਅਜੇ ਆਲਸ ਨਹੀਂ ਛੱਡਿਆ ਅਸੀਂ। ਅਸੀਂ ਉੱਥੇ ਬੈਠੇ ਬੈਠੇ ਨਾ ਗੱਲਾਂ ਗੱਲੀ ਅਸੀਂ ਚੰਗੀਆਂ, ਤੇ ਗੱਲਾਂ ਨਾਲ ਅਸੀਂ ਪੱਕੇ ਹਾਂ, ਪੂਰੇ ਹਾਂ, ਸਵਾਲ ਚੋਂ ਸਵਾਲ ਕੱਢਣ ਅਸੀਂ ਜਾਣਦੇ ਹਾਂ, ਉਹਦਾ ਉੱਤਰ ਜਾਣਦੇ ਹੋਏ ਵੀ, ਸਮਝਦੇ ਹੋਏ ਵੀ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ ਉਹ ਹਾਲ ਸਾਡਾ। ਐਸੀ ਗੱਲ ਨਹੀਂ ਕਿ ਨਹੀਂ ਜਾਣਦੇ, ਨਹੀਂ ਹੈਗੇ, ਸਭ ਜਾਣਦੇ, ਪਤਾ ਸਾਨੂੰ ਇਹ ਗੱਲ ਦਾ। ਮਹਾਰਾਜ ਸਾਨੂੰ ਦੱਸ ਵੀ ਆਏ ਨੇ ਬਾਣੀ ਦੇ ਅਰਥ ਕਰਨੇ ਕੋਈ ਬਹੁਤੇ ਔਖੇ ਨਹੀਂ, ਬਾਣੀ ਕਲੀਅਰ ਹੈ, ਪਰ ਨਾ ਅਸੀਂ ਸੁਣਨਾ ਚਾਹੁੰਦੇ ਹਾਂ, ਨਾ ਅਸੀਂ ਪੜ੍ਹਨਾ ਚਾਹੁੰਦੇ ਹਾਂ, ਨਾ ਅਸੀਂ ਵਿਚਾਰਨਾ ਚਾਹੁੰਦੇ ਹਾਂ। ਹਾਂ, ਅਸੀਂ ਚਾਹੁੰਦੇ ਹਾਂ ਕੋਈ ਬੰਦਾ ਬਾਹਰੋਂ ਆਵੇ, ਸਾਡੇ ਸਿਰ ਤੇ ਹੱਥ ਰੱਖ ਦੇ ਤੇ ਸਾਡਾ ਕਰਦੇ ਕਲਿਆਣ, ਇੰਝ ਨਹੀਂ ਹੁੰਦਾ ਜੀ। ਕੋਈ ਪਹਿਲਵਾਨ ਸਾਡੇ ਸਿਰ ਤੇ ਹੱਥ ਰੱਖ ਦੇਵੇ ਤੇ ਅਸੀਂ ਭਲਵਾਨ ਨਹੀਂ ਬਣ ਸਕਦੇ, ਪਹਿਲਵਾਨ ਬਣਨ ਵਾਸਤੇ ਮਿਹਨਤ ਕਰਨੀ ਪੈਂਦੀ, ਖੁਰਾਕ ਖਾਣੀ ਪੈਂਦੀ, ਖੁਰਾਕ ਪਚਾਉਣੀ ਪੈਂਦੀ, ਕੱਲੀ ਖਾਣ ਨਾਲ ਨਹੀਂ, ਉਹ ਖੁਰਾਕ ਪਚਾਉਣੀ ਪੈਂਦੀ, ਤੜਕੇ ਉੱਠ ਕੇ ਕਸਰਤ ਕਰਨੀ ਪੈਂਦੀ, ਇਹ ਤਾਂ ਰੌਲੇ ਬਣਨਗੇ। ਤੇ ਇਸੇ ਤਰ੍ਹਾਂ ਹੀ ਉਸ ਮਾਲਕ ਨੂੰ ਮਿਲਣ ਲਈ ਇਸ ਮਨ ਨੂੰ ਘੜਨਾ ਪਏਗਾ, ਤੇ ਘੜਨ ਲਈ ਮਿਹਨਤ ਕਰਨੀ ਪਏਗੀ, ਸਿੱਧੀ ਜੀ ਗੱਲ। ਤੇ ਮਹਾਰਾਜ ਕਹਿੰਦੇ ਇਹ ਪੂਰਵ ਕਰਮ, ਪਿੱਛੋਂ ਪਹਿਲਾਂ ਜੋ ਕੋਈ ਕਰਦਾ ਆ ਰਿਹਾ, ਪਹਿਲਾਂ ਤੋਂ ਸ਼ੁਰੂ ਕੀਤਾ ਜਿਹਨੇ, ਇਹ ਉਹ ਕਰ ਸਕਦਾ ਜਿਸ ਮਿਲਿਆ ਜਿਸ ਪੁਰਬ ਕਮਾਈ, ਇਹ ਗਿਆਨ ਧਿਆਨ ਪੂਰਨ ਪਰਮੇਸ਼ਰ, ਉਹ ਪਰਮਾਤਮਾ ਆਪ ਹੈ, ਉਹ ਵਾਹਿਗੁਰੂ ਕਾਲ ਪੁਰਖ ਆਪ ਹੈ, ਕਿਉਂਕਿ ਉਹ ਸਭ ਕੁਛ ਕਰਨ ਦੇ ਸਮਰੱਥ ਹੈ, ਉਹ ਗਿਆਨ ਦੇਣ ਵਾਲਾ ਵੀ ਉਹ ਆਪ ਹੈ, ਧਿਆਨ ਲਵਾਉਣ ਵਾਲਾ ਵੀ ਆਪ ਹੈ, ਕਿਉਂਕਿ ਉੱਥੇ ਪੂਰਨ ਹੈ। ਚਿਰ ਮੈਂ ਥਾਪੋ ਥਾ ਪੜਹਾਰਾ,
ਉਹ ਵਾਹਿਗੁਰੂ ਅਕਾਲ ਪੁਰਖ ਜਦੋਂ ਕਿਰਪਾ ਕਰਦਾ ਹੈ ਕਹਿੰਦੇ ਖਿੰਨ ਅੱਖ ਪਲਕਣ ਜਿੰਨਾ ਸਮਾਂ ਲੱਗਦਾ ਹੈ, ਥਾਪਦਾ ਤੇ ਉਥਾਪਦਾ ਹੈ, ਇਸ ਮਨ ਨੂੰ ਘੜਦਾ ਮਾਰਦਾ ਅੰਦਰ ਖਤਮ ਕਰਕੇ ਨਵਾਂ ਘੜ ਦਿੰਦਾ, ਨਵੀਂ ਸੋਚ ਦੇ ਦਿੰਦਾ, ਨਵੇਂ ਵਿਚਾਰ ਦੇ ਦਿੰਦਾ। ਆਪ ਇਕੰਤੀ ਆਪ ਸਾਰਾ, ਉਹ ਵਾਹਿਗੁਰੂ ਆਪ ਜਦੋਂ ਅਸੀਂ ਕੁਝ ਵੀ ਨਹੀਂ ਸੀ, ਇਕੱਲਾ ਸੀ, ਪਸਾਰਾ ਵੀ ਉਹਦਾ, ਜਦੋਂ ਸਾਰਾ ਸੰਸਾਰ ਪਸਰਿਆ ਉਹ ਆਪ ਵੀ ਉਹਦੇ ਵਿੱਚ ਵੱਸਦਾ। ਲੇਪ ਨਹੀਂ ਜਗ ਜੀਵਨ ਦਾਤੇ, ਉਹ ਜਗ ਨੂੰ ਜੀਵਨ ਦੇਣ ਵਾਲਾ ਦਾਤਾ ਹੈ, ਉਹਨੂੰ ਕੋਈ ਲੇਪ ਨਹੀਂ, ਇਹ ਮਾਇਆ ਦਾ ਪਾਉ ਨਹੀਂ ਲੱਗਦਾ, ਉਹ ਮਾਇਆ ਵਿੱਚ ਲੇਪ ਲਿਪਤ ਨਹੀਂ ਹੁੰਦਾ। ਦਰਸ਼ਨ ਡਿੱਠੇ ਲੈਣ ਵਿਜੋਗਾ ਜੀਓ, ਤੇ ਪੰਚਮ ਪਾਤਸ਼ਾਹ ਵਾਹਿਗੁਰੂ ਜੀ ਨੇ ਦਰਸ਼ਨ ਕੀਤੀਆਂ ਵਿਜੋਗ ਲੈ ਜਾਂਦਾ, ਕਿਉਂਕਿ ਸਾਨੂੰ ਵਿਛੋੜੇ ਨਾਲ ਵਿਜੋਗ ਹੈ ਨਾ, ਵਿਜੋਗ। ਤੁਸੀਂ ਵੇਖੋ ਕਿ ਕੋਈ ਬੱਚਾ ਸਾਡੇ ਘਰ ਰਹਿ ਰਿਹਾ, ਉਹ ਮਾਂ ਪਿਓ ਤੋਂ ਵਿਛੜ ਗਿਆ, ਉਹਨੂੰ ਸਾਰਾ ਕੁਝ ਮਿਲ ਰਿਹਾ, ਉਹਨੂੰ ਸਭ ਕੁਝ ਦੇ ਰਿਹਾ, ਵਧੀਆ ਖਾਣ ਨੂੰ, ਵਧੀਆ ਪਹਿਨਣ ਨੂੰ, ਵਧੀਆ ਕਾਰ ਲਿਆ ਕੇ ਦਿੱਤੀ, ਵਧੀਆ ਸਾਰਾ ਕੁਝ ਦਿੱਤਾ, ਪਰ ਉਹ ਬੱਚਾ ਆਪਾਂ ਕਹਿੰਦੇ ਜੀ ਬੱਚਾ ਉਧਰਿਆ ਹੋਇਆ, ਉਹ ਜਿਹੜਾ ਉਦਰੇਮ ਹੈ ਉਹਦਾ, ਕਿਉਂਕਿ ਬੱਚਾ ਹੋਣ ਕਰਕੇ ਉਹ ਕਿਸੇ ਨੂੰ ਦੱਸ ਨਹੀਂ ਰਿਹਾ। ਤੇ ਜਦੋਂ ਉਹਨੇ ਆਪਣੀ ਮਾਂ ਨੂੰ ਮਿਲਿਆ 10 ਦਿਨਾਂ ਬਾਅਦ, 20 ਦਿਨਾਂ ਬਾਅਦ, ਤਾਂ ਉਹਦੀ ਖੁਸ਼ੀ ਵੇਖਣ ਵਾਲੀ ਹੁੰਦੀ ਹੈ। ਬਸ ਇਹੀ ਸਾਡੇ ਮਨ ਦਾ ਹਾਲ, ਕਿਉਂਕਿ ਮਨ ਦਾ ਉਦਰੇਮ ਹੈ ਅਜੇ, ਮਨ ਬੇਸਮਝ ਹੋਣ ਕਰਕੇ ਉਹਨੂੰ ਇਹ ਨਹੀਂ ਪਤਾ ਕਿ ਮੈਨੂੰ ਰੋਗ ਕੀ ਹੈ। ਇਹ ਉਦਰੇਵਾਂ ਹੋਣ ਕਰਕੇ, ਅਸੀਂ ਇਹਦਾ ਉਦਰੇਵਾਂ ਲਾਉਣ ਕਰਕੇ ਕਦੇ ਅਸੀਂ ਮਕਾਨ ਬਣਾ ਲੈਂਦੇ ਹਾਂ, ਕਦੇ ਅਸੀਂ ਕਾਰ ਨਵੀਂ ਲੈ ਲਈ, ਕਦੇ ਕੁਝ ਕਰ ਲਿਆ, ਕਦੇ ਕੁਝ ਕਰ ਲਿਆ, ਕਦੇ ਘੁੰਮ ਫਿਰ ਆਏ, ਕਦੇ ਬਾਹਰ ਜਾ ਆਏ, ਕੋਸ਼ਿਸ਼ ਤੇ ਕਰਦੇ ਹਾਂ ਕਿ ਸ਼ਾਇਦ ਇਹ ਠੀਕ ਹੋ ਜਾਏ, ਇਹ ਖੁਸ਼ ਹੋ ਜਾਏ। ਕਵਿਤਾ ਲਿਖਦੇ ਨੇ ਭਾਈ ਵੀਰ ਸਿੰਘ, ਇਹ ਸਾਬਣ ਲਾ ਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਵਧੀਆ ਕਵਿਤਾ ਉਹਨਾਂ ਦੀ, ਕਿਉਂਕਿ ਉਹਨੂੰ ਵਿਜੋਗ ਹੈ, ਅੱਗ ਨਾਲ ਵਿਛੜਿਆ ਸੀ ਉਹ, ਇਸ ਕਰਕੇ ਕਾਲਾ ਹੋ ਗਿਆ। ਕਹਿੰਦੇ ਮੈਂ ਧੋਤਾ ਦੁੱਧ ਵਿੱਚ ਪਾਇਆ, ਦਹੀਂ ਵਿੱਚ ਪਾਇਆ, ਸਾਬਣ ਲਾ ਲਾ ਕੇ ਧੋਤਾ, ਪਰ ਰੰਗ ਨਹੀਂ ਪਟਾਇਆ। ਤੇ ਜਦੋਂ ਮੈਂ ਉਹ ਜਿਹਦੇ ਨਾਲ ਵਿਛੜਿਆ ਸੀ ਉਹਦੇ ਉੱਤੇ ਰੱਖਿਆ, ਲਾਲ ਹੋ ਗਿਆ ਤੇ ਨਾਲ ਆਪਾਂ ਮਿਟਾ ਗਿਆ। ਵੇਖੋ ਇਹ ਹੈ ਮਨ ਦੀ ਅਵਸਥਾ। ਇਹ ਕਰਕੇ ਮਨ ਕਹਿੰਦੇ ਉਸ ਪਰਮਾਤਮਾ ਨੇ ਦਰਸ਼ਨ ਡਿੱਠੀਆਂ ਹੀ ਵਿਜੋਗ ਲੈ ਗਏ। ਅੰਚਲ ਲਾਏ ਸਭ ਸ੍ਰਿਸ਼ਟਰਾਈ, ਆਪਣੇ ਅੰਚਲ ਪੱਲੇ ਲਾ ਕੇ ਉਹਨੇ ਸਾਰੀ ਸ੍ਰਿਸ਼ਟੀ ਨੂੰ ਤਾਪ ਦਿੱਤਾ। ਆਪਣਾ ਨਾਮ ਆਪ ਜਪਾਈ, ਆਪਣਾ ਨਾਮ ਵੀ ਫਿਰ ਉਹ ਆਪ ਹੀ ਜਪਾਉਂਦਾ। ਗੁਰਗੋਬਿੰਦ ਪਾਇਆ ਕਿਰਪਾ ਤੇ, ਉਹਦੀ ਕਿਰਪਾ ਨਾਲ ਸਾਨੂੰ ਗੁਰੂ ਮਿਲਿਆ, ਜੋ ਕਿ ਸੰਸਾਰ ਸਮੁੰਦਰ ਲਈ ਜਹਾਜ਼ ਵਾਂਗ ਸਾਨੂੰ ਮਿਲਿਆ। ਨਾਨਕ ਧੁਰ ਸੰਜੋਗਾ ਜੀਓ, ਤੇ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਇਹ ਵੀ ਉਸ ਮਾਲਕ ਵੱਲੋਂ, ਉਸ ਵਾਹਿਗੁਰੂ ਅਕਾਲ ਪੁਰਖ ਵੱਲੋਂ ਕੋਈ ਧੁਰੋਂ ਹੀ ਸੰਯੋਗ ਸੀ ਸਾਡਾ ਕਿ ਸਾਨੂੰ ਸਾਧ ਸੰਗਤ ਪ੍ਰਾਪਤ ਹੋ ਗਈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਗਏ। ਇਹ ਵੀ ਕੋਈ ਸੰਯੋਗ ਹੈ ਉਸ ਮਾਲਕ ਦਾ, ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਮਾਜ ਮਹੱਲਾ ਪੰਜਵਾ, ਮਾਜ ਮਹੱਲਾ ਪੰਜਵਾ, ਸੋਈ ਕਰਨਾ ਦੇ ਆਪ ਕਰਾਏ, ਸੋਈ ਕਰਨਾ ਦੇ ਆਪ ਕਰਾਏ, ਹੈ ਰੱਖੈ ਸਾ ਭਲੀ ਜਾਏ, ਹੈ ਰੱਖੈ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲਗੈ ਜਿਸ ਮੀਠਾ ਜੀਓ, ਹੁਕਮ ਲਗੈ ਜਿਸ ਮੀਠਾ ਜੀਓ, ਸਭ ਪਰੋ
ਹੋਈ ਇਕਤ ਧਾਗੈ ਜਿਸ ਲਾਏ ਲਏ ਸੋ ਚਰਨੀ ਲਾਗੈ ਕਵਲ ਜਿਸ ਹੋਏ ਪਰਗਾਸਾ ਸਰਬ ਨਿਰੰਜਣ ਡੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣੈ ਆਪਣਾ ਆਪ ਤੂੰ ਆਪ ਪਛਾਣੈ ਬਲਿਹਾਰੀ ਸੰਤਨ ਤੇਰੇ ਕਾਮ ਕ੍ਰੋਧ ਲੋ ਪੀਠਾ ਜੀਓ ਨਿਰਵੈਰ ਸੰਤ ਤੇਰੇ ਨਿਰਮਲ ਇਨ ਦੇਖੇ ਸਭ ਉਤਰੈ ਕਲਮਲ ਨਾਨਕ ਨਾਮ ਧਿਆਏ ਤੈ ਜੀਵੈ ਸਿਆ ਬ੍ਰਹਮ ਪੌ ਤੀਠਾ ਜੀਓ ਮਾਜ ਮਹੱਲਾ ਪੰਜਵਾਂ। ਇੱਥੇ ਸਮਰਪਿਤ ਦੀ ਮਹਾਰਾਜ ਗੱਲ ਕਰਦੇ ਨੇ। ਜਿਹੜਾ ਨਾਮੀ ਹੈ ਉਸ ਪਰਮਾਤਮਾ ਨੂੰ ਸਿਮਰਨ ਵਾਲਾ ਹੈ ਉਹ ਪਰਮਾਤਮਾ ਨੂੰ ਸਮਰਪਿਤ ਹੋ ਜਾਂਦਾ ਆਪਣੇ ਆਪ, ਫਿਰ ਉੱਥੇ ਉਹਦੀ ਮੈਂ ਜਿਹੜੀ ਹੈ ਉਹ ਖਤਮ ਹੁੰਦੀ। ਸੋਈ ਕਰਨਾ ਜੇ ਆਪ ਕਰਾਏ, ਇਹ ਪ੍ਰਭੂ ਅਸੀਂ ਉਹੀ ਕਰ ਸਕਦੇ ਹਾਂ ਜੋ ਤੁਸੀਂ ਆਪ ਕਰਾ ਲੈਂਦੇ ਹੋ। ਜੇ ਸਿਮਰਨ ਕਰਦੇ ਵੀ ਹਾਂ ਅਸੀਂ ਥੋੜੀ ਕਰਦੇ ਹਾਂ, ਤੁਸੀਂ ਆਪ ਕਰਾਉਂਦੇ ਹੋ। ਕਿਰਪਾ ਹੈ ਇਹ ਮਨ ਦੀ ਮੈਂ ਨੂੰ ਅੰਦਰੋਂ ਮਾਰਿਆ ਉਹਨਾਂ ਨੇ। ਜਿੱਥੇ ਰੱਖੇ ਸਾ ਭਲੀ ਜਾਏ, ਇਹ ਪ੍ਰਭੂ ਤੁਸੀਂ ਜਿੱਥੇ ਰੱਖਦੇ ਹੋ ਸਾਡੇ ਲਈ ਉਹ ਥਾਂ ਭਲੀ ਹੈ, ਚੰਗੀ ਹੈ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਓ। ਕਿਉਂਕਿ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਆਪਣੇ ਆਪ ਨੂੰ ਪਤਵੰਤਾ ਆਗੂ। ਇੱਥੇ ਮਹਾਰਾਜ ਕਹਿੰਦੇ ਭਾਈ ਉਹ ਹੀ ਸਿਆਣਾ ਹੈ, ਉਹ ਹੀ ਪਤਵੰਤ ਹੈ, ਸਹੀ ਮਨ ਵਿੱਚ ਆਦਰ ਯੋਗ ਹੈ ਜਿਹੜਾ ਉਹਦੇ ਹੁਕਮ ਵਿੱਚ ਰਹਿੰਦਾ ਹੈ, ਜਿਹਨੂੰ ਉਹਦਾ ਹੁਕਮ ਮਿੱਠਾ ਲੱਗਦਾ ਹੈ, ਚੰਗਾ ਲੱਗਦਾ ਹੈ। ਸਭ ਪਰੋਤੀ ਪਰੋਈ ਇੱਕ ਧਾਗਾ ਹੈ, ਸਾਰੀ ਸ੍ਰਿਸ਼ਟੀ ਇੱਕ ਧਾਗੀ ਵਿੱਚ ਹੈ। ਜਿਸ ਲਾਏ ਲਏ ਸੋ ਚਰਨੀ ਲਾਗੈ, ਜਿਹਨੂੰ ਆਪ ਕਿਰਪਾ ਕਰਕੇ ਆਪਣੇ ਪਾਸੇ ਲਾ ਲੈਂਦਾ ਉਸ ਮਾਰਗ ਦੀ ਤੁਰ ਪੈਂਦੇ ਹੈ। ਊਂਦ ਕਮਲ ਜਿਸ ਹੋਏ ਪ੍ਰਗਾਸਾ, ਰਜੀਠਾ ਜੀਓ। ਕਹਿੰਦੇ ਜੇ ਕਮਲ ਦਾ ਫੁੱਲ ਉਲਟਾ ਹੋਵੇ ਨਾ ਉਹ ਖਿੜਦਾ ਨਹੀਂ, ਕਿਉਂਕਿ ਉਹਦੇ ਤੇ ਰੋਸ਼ਨੀ ਪੈਂਦੀ ਸੂਰਜ ਦੀ। ਜਦ ਤੱਕ ਸੂਰਜ ਦੀ ਰੋਸ਼ਨੀ ਨਹੀਂ ਪੈਂਦੀ ਤਦ ਤੱਕ ਕਮਲ ਦਾ ਫੁੱਲ ਨਹੀਂ ਖਿੜਦਾ। ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਬੇਰੁੱਖ ਹੈ ਹਿਰਦਾ, ਜਿਹੜੇ ਉਹਨੂੰ ਹਿਰਦੇ ਕਰਕੇ ਉਸ ਮਾਲਕ ਵੱਲੋਂ ਬੇਰੁਕੇ ਹੋਏ ਮਨਮੁੱਖ ਹੋ ਕੇ ਤੁਰਦੇ ਨੇ, ਜਿਹੜੇ ਕਹਿੰਦੇ ਜਦੋਂ ਉਹਨਾਂ ਦੇ ਹਿਰਦੇ ਦੇ ਉੱਤੇ ਉਸ ਮਾਲਕ ਦਾ ਬਖਸ਼ਿਸ਼ ਹੋਈ। ਊਂਦ ਕਮਲ ਜਿਸ ਹੋਏ ਪ੍ਰਗਾਸਾ, ਜਿਹਦੇ ਤੇ ਪ੍ਰਕਾਸ਼ ਹੋ ਗਿਆ, ਕਹਿੰਦੇ ਉਹ ਉਹਦਾ ਕਮਲ ਖਿੜ ਗਿਆ। ਤਿੰਨ ਸਰਵ ਨਿਰੰਜਨ ਡੀਠਾ ਜੀਓ, ਕਹਿੰਦੇ ਉਹਨਾਂ ਨੇ ਉਸ ਪਰਮਾਤਮਾ ਨੂੰ ਸਰਵ ਵਿਆਪਕ ਵੇਖਿਆ ਕਿ ਪਰਮਾਤਮਾ ਹਰ ਜਗ੍ਹਾ ਹੈ। ਕਿਉਂਕਿ ਮਨਮੁੱਖ ਤੇ ਗੁਰਮੁਖ ਦਾ ਇਹੀ ਝਗੜਾ ਹੈ। ਮਨਮੁੱਖ ਕਹਿੰਦਾ ਦਿਖਾਓ ਕਿੱਥੇ, ਤੇ ਗੁਰਮੁਖ ਕਹਿੰਦਾ ਦਿਖਾਓ ਕਿੱਥੇ ਨਹੀਂ ਹੈ। ਇਹੀ ਫਰਕ ਹੈ, ਬਸ ਇੰਨੀ ਹੀ ਗੱਲ ਹੈ। ਨਹੀਂ ਹੈ ਤੇ ਹੈ ਦਾ ਫਰਕ ਹੈ। ਸਿਆਣਾ ਜਾਂ ਕਮਲਾ ਅਸੀਂ ਕਿਸੇ ਨੂੰ ਕਹਿ ਸਕਦੇ, ਕਿਉਂਕਿ ਗੁਰਬਾਣੀ ਪੜ੍ਹਨ ਤੋਂ ਬਾਅਦ
ਗੁਰਮਤ ਨਾਲ ਜੁੜਨ ਤੋਂ ਬਾਅਦ ਉਸ ਅਵਸਥਾ ਤੇ ਜਦੋਂ ਬੰਦਾ ਪਹੁੰਚਦਾ ਹੈ, ਉੱਥੇ ਨਾ ਉਹ ਆਸਤਕ ਰਹਿੰਦਾ ਹੈ, ਨਾ ਉਹ ਨਾਸਤਕ ਰਹਿੰਦਾ, ਕੁਝ ਵੀ ਨਹੀਂ ਰਹਿੰਦਾ। ਇੱਥੇ ਮਰ ਕਹਿੰਦੇ ਜਿਹੜੇ ਉਸ ਮਾਲਕ ਨਾਲ ਜੁੜ ਗਏ, ਜਿਹੜੇ ਪੁੱਠੀ ਕੋਪੜੀ ਜਿਹਨੂੰ ਕਹਿੰਦੇ ਆ ਨਾ, ਕਹਿੰਦੇ ਉਹਨਾਂ ਦਾ ਜੋ ਪ੍ਰਕਾਸ਼ ਹੋਇਆ ਉਹ ਤੇ ਸਾਰਿਆਂ ਹੀ ਵੇਖਦੇ, ਉਹਦੇ ਸਾਰਿਆਂ ਵਿੱਚ ਸਭਿਆ ਘੱਟ ਰਾਮ ਬੋਲਦਾ ਹੈ, ਰਾਮਾ ਬੋਲਦਾ, ਉਹ ਤਾਂ ਸਾਰੇ ਚਾਹੀਦੇ ਨੇ। ਤੇਰੀ ਮਹਿਮਾ ਤੂੰ ਹੈ ਜਾਣੈ, ਪੰਚੋ ਪਾ ਕਹਿੰਦੇ ਤੇਰੀ ਮਹਿਮਾ ਹੈ, ਤੇਰੀ ਵਡਿਆਈ ਹੈ, ਸਾਡੀ ਮਾਤ ਬੋਲ ਇੰਨੀ ਨਹੀਂ ਕਿ ਅਸੀਂ ਜਾਣ ਸਕੀਏ, ਤੇ ਤੂੰ ਆਪ ਹੀ ਜਾਣਦਾ ਹੈ, ਆਪਣਾ ਆਪ ਤੂੰ ਆਪ ਪਛਾਣੈ, ਕਿਉਂਕਿ ਜਿਸਨੂੰ ਤੂੰ ਜਾਣਾਏ ਸੋਈ ਜਾਣ ਜਾਣਾ, ਜਿਹਨੂੰ ਤੂੰ ਸਮਝਾ ਦੇਵੇ ਉਹ ਵੀ ਸਮਝ ਸਕਦੇ। ਆਪਣੀ ਮਦਦ ਕਿੱਥੇ, ਅਸੀਂ ਆਪਣੀ ਮਤ ਨਾਲ ਤੈਨੂੰ ਕਿੱਥੇ ਸਮਝ ਲਵਾਂਗੇ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ, ਸਾਡੀ ਤੇ ਥੋੜੀ ਮਤ। ਇਸ ਕਰਕੇ ਪੰਚਮ ਪਾਤਸ਼ਾਹ ਸਮਝਾਉਣਾ ਕਰਦੇ ਪਏ ਨੇ ਇਹ ਬੰਦੇ ਆ, ਕਿਤੇ ਭੁਲੇਖਾ ਕਰ ਗਿਆ ਕਿ ਮੇਰੀ ਮਤ ਜ਼ਿਆਦੇ ਹੈ, ਨਹੀਂ ਉਹ ਜਦੋਂ ਆਪ ਕਿਰਪਾ ਕਰਦਾ ਹੈ, ਜਿਹਦੇ ਤੇ ਆਪ ਬਖਸ਼ਿਸ਼ ਕਰਦਾ ਹੈ, ਉਹ ਤੈਨੂੰ ਪਛਾਣਦੇ ਨੇ ਕਿ ਆਪਣਾ ਆਪ ਤੂੰ ਆਪ ਪਛਾਣਿਆ, ਤੂੰ ਵੱਸਦਾ ਸਾਡੇ ਅੰਦਰ ਹੀ, ਪਰ ਆਪਣੇ ਆਪ ਨੂੰ ਆਪ ਪਛਾਣਦਾ ਜਦੋਂ ਹਿਰਦੇ ਚ ਵੱਸਦਾ। ਹਾਂ ਬਲਿਹਾਰੀ ਸੰਤਨ ਤੇਰੇ, ਤੇ ਪਾਤਸ਼ਾਹ ਕਹਿੰਦੇ ਮੈਂ ਤੇਰੇ ਸੰਤਨ ਨੇ ਜਿਹੜੇ ਤੇਰੇ ਪਿਆਰੇ ਨੇ ਉਹਨਾਂ ਤੋਂ ਬਲਿਹਾਰ ਜਾਣਾ, ਜਿਹਨੇ ਕਾਮ ਕ੍ਰੋਧ ਲੋਭ ਪੀਠਾ ਜੀਓ, ਜਿਨ੍ਹਾਂ ਨੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਨੂੰ ਪੀ ਦਿੱਤਾ, ਭਾਵ ਖਤਮ ਕਰ ਦਿੱਤਾ ਅੰਦਰੋਂ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਇਹ ਪ੍ਰਭੂ ਤੂੰ ਨਿਰਵੈਰ ਹੈ। ਮੂਲ ਮੰਤਰ ਵਿੱਚ ਆਪਾਂ ਪੜ੍ਹਦੇ ਹਾਂ ਉਹ ਪਰਮਾਤਮਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਉਹ ਨਿਰਵੈਰ ਹੈ, ਨਿਰਭਉ ਹੈ। ਜੇ ਤੂੰ ਨਿਰਵੈਰ ਹੈ, ਤੈਨੂੰ ਜਪਣ ਵਾਲੇ ਤੇਰੇ ਜਿਹੜੇ ਸੰਤ ਨੇ, ਤੇਰੇ ਪਿਆਰੇ ਨੇ, ਉਹ ਵੀ ਨਿਰਮਲ ਨੇ, ਉਹ ਪਵਿੱਤਰ ਨੇ, ਉਹਨਾਂ ਦਾ ਵੀ ਕਿਸੇ ਨਾਲ ਵੈਰ ਨਹੀਂ। ਜਿਨ ਦੇਖੇ ਸਭ ਉਤਰੈ ਕਲਮਲ, ਜਿਨ੍ਹਾਂ ਨੂੰ ਵੇਖਦਿਆਂ ਹੀ ਪਾਪ ਲੈ ਜਾਂਦੇ ਨੇ, ਜਿਨ੍ਹਾਂ ਦਸੰਦਿਆਂ ਦੁਰਮਤ ਵੰਝੈ, ਜਿਨ੍ਹਾਂ ਨੂੰ ਵੇਖਦੇ ਭੈੜੀ ਮੱਥ ਚਲੀ ਜਾਏ, ਤੇ ਜਿਨ੍ਹਾਂ ਨੂੰ ਵੇਖਦੇ ਮੱਥੇ ਦੇ ਵੱਟ ਪੈ ਜਾਣ, ਉਹ ਸੰਤ ਕਿੱਥੋਂ ਹੋ ਸਕਦੇ। ਇਹ ਮਹਾਰਾਜ ਸਮਝਾਉਂਦੇ ਕਰਦੇ ਸਾਨੂੰ ਕਿ ਜਿਨ੍ਹਾਂ ਨੂੰ ਵੇਖਦੇ ਸਾਡੇ ਕਲਮਲ, ਸਾਡੇ ਪਾਪ ਦੋਖ ਲੈ ਜਾਂਦੇ ਨੇ। ਨਾਨਕ ਨਾਮ ਧਿਆਏ ਧਿਆਏ ਜੀਵੈ, ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਤੇਰਾ ਨਾਮ ਧਿਆ ਧਿਆ ਕੇ ਮੇਰਾ ਜੀਵਨ ਹੈ। ਬਿਨਸਿਆ ਭਰਮ ਭਾਉ ਢਿੱਠਾ ਜੀਓ, ਕਹਿੰਦੇ ਭਰਮ ਤੇ ਭਾਉ ਜਿਹੜਾ ਕਿ ਅੰਦਰ ਜੰਮਿਆ ਪਿਆ ਸੀ ਪਹਿਲਾਂ, ਉਹ ਵਿਸ ਗਿਆ, ਉਹ ਖਤਮ ਹੋ ਗਿਆ, ਜਿਹੜਾ ਕਿ ਐਨ ਪੂਰਨ ਤੌਰ ਤੇ ਆਪਣਾ ਡੇਰਾ ਜਮਾਈ ਬੈਠਾ ਸੀ, ਕਹਿੰਦੇ ਉਹ ਖਤਮ ਹੋ ਗਿਆ ਹੁਣ ਜਦੋਂ ਤੇਰੇ ਨਾਮ ਨੂੰ ਮੈਂ ਧਿਆਇਆ। ਹਾਂਜੀ, ਮਾਜ ਮਹੱਲਾ ਪੰਜਵਾ, ਮਾਜ ਮਹੱਲਾ ਪੰਜਵਾ, ਝੂਠਾ ਮੰਗਣ ਜੇ ਕੋਈ ਮੰਗੈ, ਝੂਠਾ ਮੰਗਣ ਜੇ ਕੋਈ ਮੰਗੈ, ਜਿਸ ਕੋ ਮਰਤੇ ਘੜੀ ਨਾ ਲਾਗੈ, ਜਿਸ ਕੋ ਮਰਤੇ ਘੜੀ ਨਾ ਲਾਗੈ, ਹਰ ਬ੍ਰਹਮ ਜੋ ਸਦ ਹੀ ਸੇਵੈ, ਹਰ ਬ੍ਰਹਮ ਜੋ ਸਦ ਹੀ ਸੇਵੈ, ਚਲ ਕਹਿਣਾ ਤੇਨੂੰ ਪਗ
ਭਗਤ ਜਿਸ ਕੈ ਮਨ ਲਾਗੀ, ਗਾਵੈ ਅੰਧ ਨਿਤ ਜਾਗੀ, ਬਾਂ ਪਕੜਤੇ ਸਵਾਮੀ ਮਿਲੈ, ਜਿਸ ਕੈ ਮਸਤਕ ਲੈਣਾ, ਚਰਨ ਕਮਲ ਭਗਤਾ ਮਨ ਉੱਠੇ, ਪਰਮੇਸ਼ਰ ਸਗਲੇ ਮੁੱਠੇ, ਸੰਤ ਜਨਾ ਕੀ ਧੂੜ ਨਿਤ ਵਾਛੈ, ਨਾਮ ਸੱਚੇ ਕਾ ਗਹਿਣਾ, ਉਠਤ ਬੈਠਤ ਹਰ ਹਰ ਗਾਈਐ, ਸਿਮਰਤ ਬਰ ਨਿਚਲ ਪਾਈਐ, ਨਾਨਕ ਕੋ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਮਾਂਝ ਮਹੱਲਾ ਪੰਜਵਾਂ। ਝੂਠਾ ਮੰਗਣ ਜੇ ਕੋਈ ਮੰਗੈ, ਇਸ ਕੋ ਮਰਤੇ ਘੜੀ ਨਾ ਲਾਗੈ। ਕਿਉਂਕਿ ਅਸੀਂ ਡਿਮਾਂਡਸ ਨੇ ਜਿਹੜੀਆਂ, ਮੰਗਣਾ ਵੀ ਕਰਨਾ ਹੈ, ਅਸੀਂ ਜੋ ਵੀ ਮੰਗਦੇ ਹਾਂ ਝੂਠ ਹੀ ਮੰਗਦੇ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਾਂ। ਤੇ ਬਾਣੀ ਸਮੇਂ ਗੱਲ ਦੱਸਦੀ ਹੈ ਕਿ ਮਾਇਆ ਜੇਵੜ ਦੁੱਖ ਨਹੀਂ ਕੋਈ। ਵੇਖੋ ਸਾਡੀ ਹਾਲਤ, ਅਸੀਂ ਜਦੋਂ ਵੀ ਮੰਗਦੇ ਹਾਂ ਮਾਇਆ ਹੀ ਮੰਗਦੇ ਹਾਂ। ਇਹ ਵੀ ਨਾਲ ਇੱਥੇ ਮਾਰੇ ਕਹਿੰਦੇ ਝੂਠਾ ਮੰਗਣ, ਮੰਗਿਆ ਹੀ ਝੂਠ ਹੈ ਤੇ ਉਹਦੇ ਵਿੱਚ ਸੱਚ ਨਹੀਂ ਰਹਿੰਦਾ। ਪਹਿਲੀ ਗੱਲ, ਅਸੀਂ ਪੁੱਤਰ ਮੰਗਿਆ ਮੰਨ ਲਓ, ਤੇ ਨਾਲ ਹੀ ਅਸੀਂ ਹੋਰ ਡਿਮਾਂਡ ਕੜੀ ਕਰਦੇ ਕਿ ਸੱਚੇ ਪਾਤਸ਼ਾਹ ਦੀ ਉਮਰ ਵੀ ਲੰਬੀ ਕਰਦੇ। ਇਹ ਫਿਰ ਪੜ੍ਹ ਲਿਖ ਕੇ ਵਧੀਆ ਵੀ ਬਣ ਜਾਏ, ਫਿਰ ਅਗਲੀ ਡਿਮਾਂਡ ਇਹ ਸਾਡੀ ਸੇਵਾ ਵੀ ਕਰੇ, ਫਿਰ ਇਹਦਾ ਇੰਜ ਵੀ ਹੋ ਜਾਏ। ਪਤਾ ਨਹੀਂ ਉਦੋਂ ਬਾਅਦ ਕਿਹੜੀਆਂ ਕਿਹੜੀਆਂ ਡਿਮਾਂਡਾਂ ਖੜੀਆਂ ਕਰਦੇ ਨੇ। ਇੱਕ ਨਹੀਂ, ਇੱਕ ਨਾਲ ਸਰਦਾ ਨਹੀਂ, ਫਿਰ ਉਹ ਡਿਮਾਂਡ ਦੇ ਵਿੱਚ ਹੋਰ 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 ਉਹ ਪਹਿਲੀ ਡਿਮਾਂਡ ਖਤਮ ਹੋ ਗਈ, ਮਰ ਗਈ ਉੱਤੇ ਕਹਿੰਦੇ। ਇਸ ਕਰਕੇ ਇੱਕ ਮਿੰਟ ਲੱਗਦਾ ਫਿਰ ਇਹ ਚੀਜ਼ ਨੂੰ। ਮੰਗਣਾ ਵੀ ਇੱਕ ਕਲਾ, ਹਰ ਬੰਦਾ ਨਹੀਂ ਮੰਗ ਸਕਦਾ। ਇਸ ਕਰਕੇ ਜਿਹੜੇ ਤੇਰੇ ਪਿਆਰੇ ਨੇ ਉਹ ਕਹਿੰਦੇ ਬਿਨ ਤੁੰਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ। ਉੱਥੇ ਵੀ ਮਾਰੇ ਕਹਿੰਦੇ ਦੇਹ ਨਾਮ ਸੰਤੋਖੀ ਆ, ਉਤਰੇ ਮਨ ਕੀ ਭੁੱਖੇ, ਮਨ ਦੀ ਭੁੱਖ ਤੇ ਨਾਮ ਨਾ ਨਹੀਂ ਲੈ ਸਕਦੀ। ਕਿਉਂਕਿ ਜਦੋਂ ਮਨੁੱਖ ਨੂੰ ਸੋਝੀ ਆਈ, ਜਦੋਂ ਗੁਰਮੁਖ ਬਣਿਆ ਤੇ ਬੜਾ ਹੈਰਾਨ ਹੋਇਆ, ਉਦੋਂ ਫਿਰ ਮੰਗਣ ਲੱਗਿਆ ਗੁਰੂ ਵੀਰ ਖਲੋਤਾ, ਤੇ ਗਿਆਨਵਾਨ ਹੋ ਕੇ ਗੁਰੂ ਨੇ ਜਦੋਂ ਅੱਖਾਂ ਖੋਲੀਆਂ ਨਾ, ਤੇ ਉਦੋਂ ਕਹਿੰਦਾ ਕਿ ਕਿਆ ਮੰਗੋ, ਕਿ ਸਥਿਰ ਨਾ ਰਹਾਈ, ਕੀ ਮੰਗੀ, ਸਥਿਰ ਰਹਿਣ ਵਾਲੀ ਤੇ ਕੋਈ ਚੀਜ਼ ਹੀ ਹੈ ਨੀ। ਇੱਥੇ ਵੀ ਮਹਾਰਾਜ ਇਹ ਗੱਲ ਸਾਨੂੰ ਤਰੀਕਾ ਦੱਸਦੇ ਪਏ ਨੇ ਪੰਚਮ ਪਾਤਸ਼ਾਹ। ਪਾਰ ਬ੍ਰਹਮ ਜੋ ਸਦ ਹੀ ਸੇਵੈ, ਜਿਹੜੇ ਸਦਾ ਹੀ ਉਸ ਪਾਰ ਬ੍ਰਹਮ ਨੂੰ, ਉਸ ਵਾਹਿਗੁਰੂ ਨੂੰ ਸਿਮਰਦੇ ਨੇ, ਸੋ ਗੁਰਮਿਲ ਨਿਹਚਲ ਕਹਿਣਾ। ਤੇ ਮਗਰ ਉਹ ਆਪਣੇ ਗੁਰੂ ਨੂੰ ਮਿਲ ਕੇ ਸਹੀ ਮਨ ਵਿੱਚ ਨਿਹਚਲ ਹੈ, ਉਹ ਅਮਰ ਪਹੁੰਦਾ ਹੈ, ਉਹ ਹੈ ਅਮਰ ਹਮੇਸ਼ਾ ਰਹਿਣ ਵਾਲਾ। ਪ੍ਰੇਮ ਭਗਤ ਜਿਸ ਕੈ ਮਨ ਲੱਗੀ, ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਲੱਗ ਗਈ, ਜਿਨ੍ਹਾਂ ਨੂੰ ਗੁਣ ਗਾਵੈ ਅੰਧ ਨਿਤ ਜਾਗੀ, ਉਹ ਤੇ ਦਿਨ ਰਾਤ ਜਾਗਦਾ ਸਹੀ ਕਰਕੇ ਮਨ ਕਰਕੇ, ਉਹ ਉਹਦੇ ਪ੍ਰਮਾਤਮਾ ਨਾਲ ਜੁੜਿਆ ਹੋਇਆ, ਜਾਗਦਾ ਮਨ ਕਰਕੇ ਤੇ ਗੁਣਾਂ ਨੂੰ ਬੈਨ ਕਰਦਾ ਉਸ ਮਾਰਗ ਦੇ।
ਮਹਾਂਪ੍ਰਗਟ ਦੇ ਸਵਾਮੀ ਮੇਲਾ ਹੈ, ਉਹਨੂੰ ਉਸ ਵਾਹਿਗੁਰੂ ਅਕਾਲ ਪੁਰਖ ਆਪ ਬਾਂਹ ਫੜ ਕੇ ਆਪਣੇ ਨਾਲ ਮਿਲ ਲੈਂਦਾ ਹੈ। ਜਿਸ ਕੈ ਮਸਤਕ ਲੈਣਾ, ਜਿਹਦੇ ਮਸਤਕ ਜਿਹਦੇ ਭਾਗ ਭਾਵ ਜਿਹਦੇ ਮੱਥੇ ਤੇ ਇਹ ਲਾਭ ਲੈਣਾ ਫਿਰ ਲਿਖਿਆ ਹੋਇਆ ਨਾ ਸਹੀ ਮਨਿਆਂ ਵਿੱਚ, ਪਰ ਜਿਹਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਕਿ ਮੈਨੂੰ ਤਾਂ ਤੇਰੇ ਤੋਂ ਬਿਨਾਂ ਹੋਰ ਕੁਝ ਚਾਹੀਦਾ ਹੀ ਨਹੀਂ, ਬਸ ਕਹਿੰਦੇ ਫਿਰ ਉਹ ਆਪ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਉਹਨੂੰ ਆਪਣੇ ਨਾਲ ਮਿਲ ਲੈਂਦਾ। ਚਰਨ ਕਮਲ ਭਗਤਾਂ ਮਨ ਉੱਠੇ, ਜਿਹੜੇ ਤੇਰੇ ਭਗਤ ਨੇ ਉਹਨਾਂ ਦੇ ਹਿਰਦੇ ਵਿੱਚ ਤੇਰੇ ਚਰਨ ਕਮਲ ਤੇਰਾ ਮਾਰਗ ਵਸਿਆ ਹੋਇਆ। ਬਿਨ ਪਰਮੇਸ਼ਰ ਸਗਲੇ ਮੁੱਠੇ, ਬਾਕੀ ਸਾਰੀ ਦੁਨੀਆਂ ਪਰਮਾਤਮਾ ਤੋਂ ਬਿਨਾਂ ਸਭ ਠੱਗੇ ਗਏ, ਕੋਈ ਪੈਸੇ ਨਾਲ, ਕੋਈ ਜਾਇਦਾਦ ਨਾਲ, ਕੋਈ ਹੰਕਾਰ ਨਾਲ, ਕੋਈ ਅਹੁਦਿਆਂ ਨਾਲ, ਕਹਿੰਦੇ ਠੱਗੇ ਗਏ। ਸੰਤ ਜਨਾਂ ਕੀ ਧੂੜ ਨਿਤ ਬਾਛੈ ਹੈ, ਤੇਰੇ ਜਿਹੜੇ ਪਿਆਰੇ ਨੇ ਜਿਹੜੇ ਤੈਨੂੰ ਸਿਮਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਤੇਰੇ ਚਰਨ ਕਮਲ ਵਸਦੇ ਨੇ, ਕਹਿੰਦੇ ਮੈਂ ਵੀ ਉਹਨਾਂ ਦੀ ਚਰਨ ਧੂੜ ਮੰਗਦਾ ਪਾਤਸ਼ਾਹ। ਸੰਤ ਜਨਾਂ ਕੀ ਧੂੜ ਨਿਤ ਬਾਛੈ ਹੈ, ਨਾਮ ਸੱਚੇ ਕਾ ਗਹਿਣਾ, ਸੱਚੇ ਦਾ ਨਾਮ ਉਹ ਵਾਹਿਗੁਰੂ ਕਾਲ ਪੁਰਖ ਦਾ ਨਾਮ ਤੇ ਇੱਕ ਗਹਿਣੇ ਵਾਂਗੂ ਹੈ, ਕੀਮਤੀ ਹੈ। ਉਠਤ ਬੈਠਤ ਹਰ ਹਰ ਗਾਈਐ, ਅਖੀਰ ਚ ਫਿਰ ਵਾਲੇ ਕਹਿੰਦੇ ਭਾਈ ਉੱਠਦਿਆਂ ਬਹਿੰਦਿਆਂ ਉਸ ਪਰਮਾਤਮਾ ਦਾ ਨਾਮ ਲੈਂਦੇ ਰਹੋ। ਜਿਸ ਸਿਮਰਤ ਵਰਨੇ ਚਲ ਪਾਈ ਹੈ, ਜਿਹਨੂੰ ਸਿਮਰਦੇ ਹਾਂ ਉਹ ਵਰ ਮਾਲਕ ਪਤੀ ਸਹੀ ਮਨਿਆਂ ਵਿੱਚ ਹਮੇਸ਼ਾ ਰਹਿਣ ਵਾਲਾ ਉਹ ਪ੍ਰਾਪਤ ਹੋ ਜਾਂਦਾ ਹੈ। ਨਾਨਕ ਕਉ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਤੇ ਪਹਿਲੇ ਨਾਨਕ ਪਾਤਸ਼ਾਹ ਜਦੋਂ ਪ੍ਰਭੂ ਤੂੰ ਸਾਡੇ ਤੇ ਦਇਆਲ ਹੋਇਆ, ਬੜੀ ਕਿਰਪਾ ਕੀਤੀ, ਹੁਣ ਤੇਰਾ ਕੀਤਾ ਸਹਿ ਗਏ ਅਸੀਂ। ਸਹਿਣਾ ਹੁੰਦਾ ਕਿਉਂਕਿ ਅਜਰ ਨੂੰ ਜਰਨਾ, ਪਰਮਾਤਮਾ ਦੇ ਨਾਮ ਦੀ ਖੁਸ਼ੀ ਇਹਨੂੰ ਜਰਨਾ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ। ਕਬੀਰ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਚੋਟ ਸਹਾਰਾ ਸ਼ਬਦ ਕੀ, ਦਾਸ ਗੁਰੂ ਮੈਂ ਦਾਸ, ਮੈਂ ਉਹਦਾ ਦਾਸ ਹਾਂ। ਖੁਸ਼ੀਆਂ ਨੂੰ ਜਰਨਾ ਬਹੁਤ ਔਖਾ ਹੈ, ਦੁੱਖ ਤੇ ਬੰਦਾ ਇਕੱਲਾ ਵੇਖ ਜਰ ਲੈਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਤੇਰਾ ਕੀਤਾ, ਜੋ ਤੂੰ ਚੰਗਾ ਕੀਤਾ ਜਾਂ ਸਾਡੇ ਨਾਲ ਮਾੜਾ ਕੀਤਾ ਸਾਨੂੰ ਇਹ ਨਹੀਂ ਪਤਾ, ਤੂੰ ਜੋ ਵੀ ਕੀਤਾ ਸਾਡੇ ਭਲੇ ਨੇ ਕੀਤਾ, ਇਸ ਕਰਕੇ ਤੇਰੀ ਖੁਸ਼ੀ ਵਿੱਚ ਹੀ ਸਾਡਾ ਸਹਿਣਾ ਹੈ। ਇਹ ਪੰਚਮ ਪਾਤਸ਼ਾਹ ਉਹਨਾਂ ਦੀ ਬਾਣੀ ਹੈ ਜਿਨ੍ਹਾਂ ਨੇ ਤੱਤੀ ਤਵੀ ਉੱਤੇ ਬੈਠ ਕੇ ਵੀ ਸਹਿ ਪ੍ਰੈਕਟੀਕਲੀ ਸਾਨੂੰ ਦੱਸਿਆ ਕਿ ਤੇਰਾ ਕੀਆ ਮਿੱਠਾ ਲੱਗਦਾ, ਹਰਨਾਮ ਪਦਾਰਥ ਨਾਨਕ ਮੰਗੈ, ਮੈਂ ਤੇਰੇ ਕੋਲੋਂ ਨਾਮ ਹੀ ਮੰਗਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਵੇਖੋ ਪਤੀ ਤਵੀ ਉੱਤੇ ਬੈਠੇ ਨੇ, ਉੱਪਰ ਗਰਮ ਰੇਤ ਪੈ ਰਹੀ, ਇਹ ਉਹਨਾਂ ਦੀ ਬਾਣੀ ਜਿਹਨਾਂ ਨੇ ਪ੍ਰੈਕਟੀਕਲੀ ਉਹ ਚੀਜ਼ ਨੂੰ ਕਰਕੇ ਦਿਖਾਇਆ। ਇਹ ਕੋਈ ਗੀਤ ਨਹੀਂ, ਇਹ ਕੋਈ ਲੇਖ ਨਹੀਂ, ਇਹ ਦੋ ਬਹਿ ਕੇ ਲਿਖ ਲਿਆ, ਉਹਨਾਂ ਨੇ ਹੰਢਾਇਆ ਪਹਿਲਾਂ, ਉਹਨੂੰ ਕਰਕੇ ਵੀ ਦਿਖਾਇਆ ਪ੍ਰੈਕਟੀਕਲੀ। ਸੋ ਕਰਕੇ ਬਾਣੀ ਜਿਹੜੀ ਸੱਤ ਹੈ, ਉਹ ਸੱਤ ਨੂੰ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਧਾਰਨ ਕਰਨ ਵਾਸਤੇ ਬਾਣੀ ਸਾਨੂੰ ਇਹ ਬੜਮੁੱਲਾ ਖਜ਼ਾਨਾ ਸਾਨੂੰ ਮਹਾਰਾਜ ਦੇ ਕੇ ਗਏ ਨੇ। ਤੇ ਆਓ ਅਸੀਂ ਵੀ ਗੁਰੂ ਦੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਇਹ ਵੀ ਕਿਰਪਾ ਕਰ, ਇਹ ਨਾਮ ਦੀ ਦਾਸ ਸਾਨੂੰ ਝੋਲੀ ਪਾ, ਤਾਂ ਕਿ ਅਸੀਂ ਤੇਰੇ ਕੀਤੇ ਨੂੰ ਸਹਿ ਲਈ, ਹੋਈਆਂ ਭੁੱਲਾਂ ਦੀ ਸ਼ਰਮ ਮੰਗਦੇ ਹਾਂ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ।